ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਨੂੰ ਯੂਡੀਆਈਡੀ ਕਾਰਡ ਯੂਨੀਕ ਡਿਸੇਬਿਲਟੀ ਆਈਡੀ ਮਤਲਬ ਵਿਲੱਖਣ ਅਪੰਗਤਾ ਆਈਡੀ ਬਾਰੇ ਦੱਸਣ ਜਾ ਰਿਹਾ ਹਾਂ ਜਿਸ ਵੀ ਦਿਵਿਆਂਗ ਵਿਅਕਤੀ ਦਾ ਅਪੰਗਤਾ ਸਰਟੀਫਿਕੇਟ ਨਹੀਂ ਬਣਿਆ ਉਹਨਾਂ ਦਾ ਸਰਟੀਫਿਕੇਟ ਸਿਰਫ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਹੀ ਬੰਦਾ ਹੈ ਅਤੇ ਜੇਕਰ ਕਿਸੇ ਦਿਵਿਆਂਗ ਵਿਅਕਤੀ ਦਾ ਪਹਿਲਾ ਅਪੰਗਤਾ ਸਰਟੀਫਿਕੇਟ ਬਣਿਆ ਹੋਇਆ ਹੈ ਹੁਣ ਉਸ ਨੂੰ ਵੀ ਆਨਲਾਈਨ ਅਪਲਾਈ ਕਰਕੇ ਜੁਆਡਾਈਡ ਕਾਰਡ ਬਣਾਉਣਾ ਲਾਜ਼ਮੀ ਹੋ ਗਿਆ ਹੈ ਮੈਂ ਅੱਜ ਇਸ ਵੀਡੀਓ ਵਿੱਚ ਤੁਹਾਨੂੰ ਵਿਸਤਾਰ ਵਿੱਚ ਦੱਸਾਂਗਾ ਕਿ ਜੁਆਡਾਈਡ ਕਾਰਡ ਕੀ ਹੁੰਦਾ ਹੈ ਇਸ ਆਨਲਾਈਨ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਅਤੇ ਇਸ ਦੇ ਕੀ ਫਾਇਦੇ ਹਨ ਦੋਸਤੋ ਇਸ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਇਸ ਦਾ ਨੋਟੀਫਿਕੇਸ਼ਨ ਦਾ ਬਟਨ ਵੀ ਦਬਾ ਦਿਓ ਤਾਂ ਜੋ ਤੁਹਾਨੂੰ ਸਮੇਂ-ਸਮੇਂ ਤੇ ਦੇਗ ਵਰਗ ਵਿਅਕਤੀਆਂ ਦੇ ਸਰਕਾਰ ਵੱਲੋਂ ਮੁਹੱਈਆ ਹੋਣ ਵਾਲੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਜਾ ਸਕੇ ਹਾਂ ਦੋਸਤੋ ਇਹ ਹੈ ਜੁਆੜੀ ਕਾਰਡ ਜਿਨ੍ਹਾਂ ਦੇ ਬਣ ਚੁੱਕੇ ਉਹਨਾਂ ਨੂੰ ਤਾਂ ਪਤਾ ਹੀ ਹੈ ਪਰ ਜਿਨ੍ਹਾਂ ਨੇ ਹਜੇ ਅਪਲਾਈ ਕਰਨਾ ਹੈ ਉਹਨਾਂ ਨੂੰ ਦੱਸ ਰਿਹਾ ਕਿ ਇੱਕ ਛੋਟਾ ਜਿਹਾ ਕਾਰਡ ਹੁੰਦਾ ਹੈ ਤੇ ਡਰਾਈਵਿੰਗ ਲਾਇਸੈਂਸ ਵਰਗਾ ਜਾਂ ਸਮਝ ਲਓ ਪੈਨ ਕਾਰਡ ਵਰਗਾ ਜਿਹੜਾ ਕਿ ਤੁਸੀਂ ਪਰਸੇ ਚ ਸਾਰੇ ਨਿਪਾ ਕੇ ਲੈ ਸਕਦੇ ਹੋ ਇਸ ਨੂੰ ਬਣਾਉਣ ਦੇ ਤਰੀਕੇ ਕਿਸ ਤਰ੍ਹਾਂ ਸਾਰੇ ਵਿਸਥਾਰਪੂਰਕ ਇਸ ਵੀਡੀਓ ਚ ਮੈਂ ਦੱਸਣ ਜਾ ਰਿਹਾ ਇਹ ਆਈਡੀ ਪ੍ਰੋਜੈਕਟ PWD ਮਤਲਬ ਦਿਵੰਗ ਵਿਅਕਤੀਆਂ ਦਾ ਇੱਕ ਰਾਸ਼ਟਰੀ ਪੱਧਰ ਤੇ ਡਾਟਾਬੇਸ ਬਣਾਉਣ ਅਤੇ ਹਰ ਦਿਵੰਗ ਵਿਅਕਤੀ ਨੂੰ ਵਿਲੱਖਣ ਅਪੰਗਤਾ ਪਛਾਣ ਪੱਤਰ ਜਾਰੀ ਕਰਨ ਦੇ ਨਜ਼ਰੀਏ ਨਾਲ ਲਾਗੂ ਕੀਤਾ ਗਿਆ ਹੈ। ਪ੍ਰੋਜੈਕਟ ਨਾ ਸਿਰਫ ਪਾਰਦਰਸ਼ਤਾ, ਕੁਸ਼ਲਤਾ ਅਤੇ ਸਰਕਾਰ ਵੱਲੋਂ ਦਿਵੰਗ ਵਿਅਕਤੀ ਨੂੰ ਲਾਭ ਪ੍ਰਦਾਨ ਕਰਨ ਵਿੱਚ ਆਸਾਨੀ ਨੂੰ ਉਤਸ਼ਾਹਿਤ ਕਰਦਾ ਹੈ, ਨਾਲ ਹੀ ਇੱਕ ਸਾਰਤਾ ਨੂੰ ਵੀ ਯਕੀਨੀ ਬਣਾਉਂਦਾ ਹੈ। ਇਹ ਪ੍ਰੋਜੈਕਟ ਲਾਭਪਾਤਰਾਂ ਦੇ ਸਰੀਰਕ ਅਤੇ ਵਿੱਤੀ ਪ੍ਰਗਤੀ ਦੇ ਲਗਾ ਹੋਣ ਦੇ ਸਾਰੇ ਪੱਧਰ ਜਿਵੇਂ ਕਿ ਪਿੰਡ ਪੱਧਰ ਬਲਾਕ ਪੱਧਰ ਜ਼ਿਲ੍ਹਾ ਪੱਧਰੀ ਰਾਜ ਪੱਧਰੀ ਅਤੇ ਰਾਸ਼ਟ ਪੱਧਰੀ ਤੋਂ ਵੀ ਮਦਦ ਕਰਦਾ ਹੈ ਫਿਰ ਇਸ ਜੁਡੀ ਆਈਡੀ ਕਾਰਡ ਦੇ ਉਦੇਸ਼ ਕੀ ਹਨ ਇਹ ਕਿਉਂ ਬਣਾਇਆ ਜਾ ਰਿਹਾ ਹੈ ਸੋ ਇਹ ਇਸ ਪ੍ਰੋਜੈਕਟ ਦਾ ਉਦੇਸ਼ ਦਿਵਿਆਂਗ ਵਿਅਕਤੀ ਨੂੰ ਨਵੇਂ ਜੁਡੀ ਆਈਡੀ ਕਾਰਡ ਜਾਂ ਅਪੰਗਤਾ ਸਰਟੀਫਿਕੇਟ ਪ੍ਰਾਪਤ ਕਰਨ ਦੇ ਯੋਗ ਬਣਾਉਂਦਾ ਹੈ ਤਾਂ ਜੋ ਸਰਕਾਰ ਦੁਆਰਾ ਇਸ ਦੇ ਵੱਖ-ਵੱਖ ਮੰਤਰਾਲੇ ਅਤੇ ਉਹਨਾਂ ਦੇ ਵਿਭਾਗਾਂ ਦੁਆਰਾ ਦਿੱਤੀਆਂ ਜਾਂਦੇ ਸਕੀਮਾਂ ਅਤੇ ਲਾਭ ਪ੍ਰਾਪਤ ਕੀਤੇ ਜਾ ਸਕਣ। ਇਹ ਕਾਰਡ ਪੈਨ ਇੰਡੀਆ ਵੈਧ ਹੁੰਦਾ ਹੈ। ਮਤਲਬ ਕਿ ਭਾਰਤ ਦੇ ਕਿਸੇ ਕੋਨੇ ਵਿੱਚ ਤੁਸੀਂ ਇਹ ਕਾਰਡ ਲੈ ਜਾਓਗੇ ਸਰਕਾਰ ਵੱਲੋਂ ਮਰਨ ਵਾਲੀਆਂ ਸਕੀਮਾਂ ਉੱਤੇ ਲਾਗੂ ਕਰਵਾ ਸਕਦੇ ਤੁਸੀਂ ਇਹ ਕਾਰਡ ਵਿਖਾ ਕੇ ਜਿਸ ਤਰ੍ਹਾਂ ਮੁਫਤ ਸਫ਼ਰ ਕਰਨਾ ਹੈ ਜਾਂ ਕੋਈ ਵੀ ਫੈਸਿਲਿਟੀ ਤੁਸੀਂ ਸਰਕਾਰ ਵੱਲੋਂ ਪ੍ਰਾਪਤ ਕਰਨਾ ਚਾਹੁੰਦੇ ਕਿਸੇ ਵੀ ਕੋਨੇ 'ਚ ਜਾ ਕੇ ਚਾਹੇ ਜਿਸ ਤਰ੍ਹਾਂ ਅਮਰਸਰੋ ਬਣਿਆ ਹੈ ਤੁਸੀਂ ਇਹ ਵਰਤਣਾ ਚਾਹੁੰਦੇ ਦਿੱਲੀ ਦਿੱਲੀ ਜਾ ਕੇ ਕਾਰਡ ਬਖਾਓਗੇ ਤੁਹਾਨੂੰ ਉੱਥੇ ਵੀ ਸਾਰੀਆਂ ਸਹੂਲਤਾਂ ਸੇਮ ਮਿਲਣਗੀਆਂ ਜੋ ਤੁਹਾਨੂੰ ਅਮਰਸਰ ਜਿੱਥੋਂ ਤੁਸੀਂ ਬਣਵਾਇਆ ਉੱਥੋਂ ਮਿਲ ਰਹੀਆਂ ਹਨ ਫਿਰ ਜੁੜੀ ਆਈ ਪੋਰਟਲ ਹੇਠ ਲਿਖਿਆ ਇੱਕ ਆਨਲਾਈਨ ਪਲੇਟਫਾਰਮ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ ਮਤਲਬ ਕਿ ਇਹ ਜੁੜੀ ਆਈ ਪੋਰਟਲ ਜਿਹੜਾ ਕਿਉਂ ਤਿਆਰ ਕੀਤਾ ਗਿਆ ਹੈ ਕਿਸੇ ਵੀ ਇੱਕ ਤਰ੍ਹਾਂ ਦੇ ਨਵੀਂ ਅਰਜੀ ਦੇਣ ਲਈ ਜੇ ਜੁੜੀ ਆਈ ਵਾਸਤੇ ਜਿਹਨੇ ਨਹੀਂ ਬਣਵਾਇਆ ਉਹ ਨਵੀਂ ਅਰਜੀ ਦੇਣ ਲਈ ਵੀ ਹੈ ਬਣਾਇਆ ਫਿਰ ਜੇ ਤੁਹਾਡੇ ਅਪੰਗਤਾ ਸਰਟੀਫਿਕੇਟ ਦੇ ਐਕਸਪਾਇਰ ਹੋ ਚੁੱਕਾ ਹੈ ਔਰ ਇਹ ਵੇਤਾ ਖਤਮ ਹੋ ਗਈ ਹੈ ਤੁਸੀਂ ਉਹਨੂੰ ਨਵੀਨ ਕਰਨ ਕਰਾਉਣਾ ਹੈ ਔਰ ਇਹ ਲਈ ਵੀ ਇਸੇ ਪੋਰਟਲ ਤੇ ਅਪਲਾਈ ਕਰਨਾ ਪੈਂਦਾ ਜੇ ਸਰਟੀਫਿਕੇਟ ਗੁੰਮ ਹੋ ਗਿਆ ਜਾਂ ਕਾਰਡ ਜੇ ਨਵਾਂ ਬਣਾਇਆ ਗੁੰਮ ਹੋ ਗਿਆ ਉਹਨੂੰ ਡੁਪਲੀਕੇਟ ਇਸ਼ੂ ਕਰਨ ਲਈ ਵੀ ਤੁਹਾਨੂੰ ਕਿਤੇ ਵੀ ਦਫ਼ਤਰਾਂ ਤੇ ਚੱਕਰ ਮਾਰਦੇ ਲੋੜ ਨਹੀਂ ਹੈ ਤੁਸੀਂ ਸਿਰਫ ਇਸ ਸਾਈਟ ਤੇ ਜਿਹੜੇ ਮੈਂ ਤੁਹਾਨੂੰ ਅੱਗੇ ਦੱਸਣ ਜਾ ਰਿਹਾ ਉਹ ਸਾਈਟ ਤੇ ਕਲਿੱਕ ਕਰੋਗੇ ਔਰ ਤੁਸੀਂ ਇਹ ਆਪਸ਼ਨ ਭਰ ਕੇ ਆਪਣਾ ਡੁਪਲੀਕੇਟ ਸਰਟੀਫਿਕੇਟ ਜਾਂ ਕਾਰਡ ਵਾਸਤੇ ਅਪਲਾਈ ਕਰ ਸਕਦੇ ਹੋ ਫਿਰ ਉਪਰੋਕਤ ਤੋਂ ਇਲਾਵਾ ਯੂਡੀਆਈ ਪੋਰਟਲ ਵਕ ਵਕ ਸਕੀਮਾਂ ਲਾਭਾਂ ਅਪੰਗਤਾ ਸਰਟੀਫਿਕੇਟ ਜਾਂ ਯੂਡੀਆਈ ਕਾਰਡ ਲਈ ਅਰਜੀ ਦੇਣ ਦੀ ਪ੍ਰਕਿਰਿਆ ਸਫਲਤਾ ਦੀਆਂ ਕਹਾਣੀਆਂ ਜੇ ਕਿਸੇ ਵੀ ਦਿਵਿਆਂਗ ਵਿਅਕਤੀ ਦੀ ਜਿਹੜੀ ਸਫਲਤਾ ਨੇ ਕੋਈ ਬਹੁਤ ਵੱਡੀਆਂ ਪ੍ਰਾਪਤੀ ਕੀਤੀ ਉਹ ਸਾਰੀਆਂ ਇਸ ਪੋਰਟਲ ਤੇ ਦੱਸੀਆਂ ਜਾਂਦੀਆਂ ਜਾਂ ਤੁਹਾਡੇ ਵੱਲੋਂ ਕੋਈ ਸੁਝਾਅ ਜਾਂ ਫੀਡਬੈਕ ਤੁਸੀਂ ਦੇਣਾ ਚਾਹੁੰਦੇ ਹੋ ਇਸ ਕਾਰਡ ਪ੍ਰਤੀ ਜਾਂ ਦਿਵਿਆਂਗ ਵਿਅਕਤੀ ਦੀ ਸਕੀਮਾਂ ਪ੍ਰਤੀ ਤੇ ਇਸ ਦੇ ਮੈਨੂਅਲਸ ਸਾਰੇ ਇਸ ਦੇ ਵਿੱਚ ਜਾਣਕਾਰੀ ਪ੍ਰਦਾਨ ਕਰਦਾ ਹੈ ਪੋਰਟਲ ਵਿਸਥਾਰਪੂਰਕ ਸਾਰੀ ਜਾਣਕਾਰੀ ਤੁਹਾਨੂੰ ਮੁਹੱਈਆ ਕਰਾਉਂਦਾ ਹੈ ਇਸ ਦੀ ਅਰਜੀ ਕੌਣ ਦੇ ਸਕਦਾ ਹੈ ਕੋਈ ਵੀ ਦਿਵਿਆਂਗ ਵਿਅਕਤੀ ਇਸ ਦੀ ਅਰਜੀ ਦੇ ਸਕਦਾ ਹੈ ਇਸ ਅਰਜੀ ਨੂੰ ਦੇਣ ਲਈ ਦਿਵਿਆਂਗ ਵਿਅਕਤੀ ਨੂੰ ਕਿਤੇ ਜਾਣ ਦੀ ਲੋੜ ਨਹੀਂ ਉਸ ਦਾ ਕੋਈ ਪਰਿਵਾਰਕ ਮੈਂਬਰ ਜੇ ਦਿਵਿਆਂਗ ਵਿਅਕਤੀ ਖੁਦ ਨਹੀਂ ਜਾ ਸਕਦਾ ਉਸ ਦਾ ਕੋਈ ਪਰਿਵਾਰਕ ਮੈਂਬਰ ਜਿਹੜੇ ਲੋੜੇ ਦੇ ਦਸਤਾਵੇਜ਼ ਮੈਂ ਦੱਸਾਂਗਾ ਉਹ ਲੈ ਜਾ ਕੇ ਨਾ ਆਪਣੇ ਐਡਰੈਸ ਦੇ ਲਾਗਲੇ ਕਿਸੇ ਵੀ ਸਾਂਝ ਕੇਂਦਰ 'ਚ ਜਾਂ ਕਿਸੇ ਵੀ ਕੈਫੇ 'ਦੋ ਇਵਨ ਕਿ ਜੇ ਉਹ ਕਿਤੇ ਵੀ ਨਹੀਂ ਜਾਣਾ ਚਾਹੁੰਦੇ ਘਰ ਬੈਠੇ ਹੀ ਆਪਣੇ ਮੋਬਾਈਲ ਤੋਂ ਆਨਲਾਈਨ ਪੋਰਟਲ ਤੇ ਕਲਿੱਕ ਕਰਕੇ ਭਰ ਸਕਦੇ ਹਨ ਫਿਰ ਤਾਜੇ ਕੇਸਾਂ ਲਈ ਕੀ ਕਰਨਾ ਹੈ ਅਜਿਹੀ ਸਾਈਟ ਹੈ ਇਸ ਸਾਈਟ ਉੱਤੇ ਕਲਿੱਕ ਕਰਨਾ ਹੈ www ਧਿਆਨ ਨਾਲ ਲੋਡ ਕਰ ਲਓ www.swalambancard.gov.in ਜੇ ਤੁਹਾਨੂੰ ਇਹ ਸਾਈਟ ਯਾਦ ਨਹੀਂ ਹੁੰਦੀ ਇਹ ਯਾਦ ਕਰਦੇ ਲੋੜ ਨਹੀਂ ਤੁਸੀਂ Google ਤੇ ਸਿਰਫ j o d i d ਲਿਖੋਗੇ ਤਾਂ ਆ 사이ਟ ਤੁਹਾਡੇ ਸਾਹਮਣੇ ਆ ਜੇਗੇ 사이ਟ ਨੂੰ ਕਲਿੱਕ ਕਰੋਗੇ ਤਾਂ 사이ਟ ਖੁੱਲ ਜਾਏਗੀ ਉਹ ਤੇ ਨਾਲ ਹੀ ਤੁਸੀਂ ਆਪਣੇ ਜਿਹੜੇ ਲੋੜਿੰਦੇ ਦਸਤਾਵੇਜ਼ ਮੈਂ ਅੱਗੇ ਦੱਸੂਗਾ ਤੁਹਾਨੂੰ ਉਹਨਾਂ ਨੂੰ ਸਕੈਨ ਕਰਕੇ ਔਰ ਇੱਕ ਨਕਲ ਔਰ ਇਸਕੈਨ ਕੀਤੀ ਹੋਈ ਕਾਪੀ ਸਾਰੀ ਨਾਲ ਅਪਲੋਡ ਕਰਨੀਆਂ ਨੇ ਇਸ ਅਰਜੀ ਦੇ ਆਨਲਾਈਨ ਕਲਿੱਕ ਕਰਨ ਤੋਂ ਬਾਅਦ ਆਪਣਾ ਸਾਰਾ ਵੇਰਵਾ ਭਰਨ ਤੋਂ ਬਾਅਦ ਦਸਤਾਵੇਜ਼ ਸਾਰੇ ਲਗਾਉਣੇ ਤੇ ਔਰ ਵਿੱਚ ਦੱਸਿਆ ਹੈ ਕਿ ਉਹਨੂੰ ਸ਼ਾਰਟ ਕਰਕੇ ਕਿੰਨੇ ਜੀਬੀ ਦੇ ਚੰਨੇ ਲਾਉਣਾ ਉਹ ਸਾਰੇ ਇਨਸਟਰਕਸ਼ਨ ਦਿੱਤੇ ਹੋਏ ਹਨ ਫੇਰੇ ਫਰਸ਼ ਐਪਲੀਕੇਸ਼ਨ ਦੇ ਸਕਦੇ ਹੋ ਜੇ ਅਪੰਗਤਾ ਵਾਲੇ ਵਿਅਕਤੀ ਕੋਲ ਪਹਿਲਾਂ ਹੀ ਅਪੰਗਤਾ ਸਰਟੀਫਿਕੇਟ ਹੈ ਤੇ ਉਸ ਦਾ ਡਾਟਾ ਪੋਰਟਲ ਮਾਈਗ੍ਰੇਟ ਕੀਤਾ ਗਿਆ ਹੈ ਉਹ ਸਾਰੇ ਲੋਕ ਜਿਨ੍ਹਾਂ ਦੇ ਅਪੰਗਤਾ ਸਰਟੀਫਿਕੇਟ ਪਹਿਲਾਂ ਹੀ ਬਣੇ ਹਨ ਉਸ ਲਿੰਕ ਤੇ ਕਲਿੱਕ ਕਰਨਗੇ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਉੱਥੇ ਇੱਕ ਆਪਸ਼ਨ ਆਏਗਾ ਪਹਿਲਾਂ ਹੀ ਅਪੰਗਤਾ ਸਰਟੀਫਿਕੇਟ ਹੈ ਮਤਲਬ ਆਲਰੇਡੀ ਹੈਵਿੰਗ ਸਰਟੀਫਿਕੇਟ ਲਿਖਿਆ ਆਏਗਾ ਉਹ ਤੇ ਕਲਿੱਕ ਕਰੋਗੇ ਤੇ ਆਪਣੀ ਔਰ ਤੇ ਸਾਈਡ ਖੁੱਲ ਜਾਏਗਾ ਆਪਣਾ ਲਾਭਪਾਤਰੀ ਆਪਣਾ ਆਈਡੀ ਜਾਂ ਸਟੇਟ ਆਈਡੀ ਜਿਹੜਾ ਉਹਨੂੰ ਮਿਲਿਆ ਹੈ ਜਾਂ ਆਧਾਰ ਨੰਬਰ ਦਾ ਵੀ ਪਾਉਗਾ ਉਹਨਾਂ ਨਾਲ ਆਪਣੇ ਵੇਰਵੇ ਦਰਜ ਕਰ ਸਕਦਾ ਹੈ ਫਿਰ ਜੇ ਅਪੰਗਤਾ ਵਿਅਕਤੀ ਕੋਲ ਪਹਿਲਾਂ ਹੀ ਅਪੰਗਤਾ ਸਰਟੀਫਿਕੇਟ ਪਰ ਉਹਦਾ ਡਾਟਾ ਬੇਸ ਪਹਿਲਾਂ ਸ਼ਿਫਟ ਨਹੀਂ ਹੋਇਆ ਫਿਰ ਉਹਨੇ ਇਹ ਜੇ ਫਰੈਸ਼ ਐਪਲੀਕੇਸ਼ਨ ਭਰਨਾ ਹੈ ਪਰ ਅਪਾਹਜਤਾ ਵੇਰਵੇ ਟੈਬ ਵਿੱਚ ਜਾ ਕੇ ਅਪੰਗਤਾ ਸਰਟੀਫਿਕੇਟ ਹੈ ਦੇ ਅੱਗੇ ਹਾਂ ਲਿਖਣਾ ਤੇ ਫਿਰ ਉਹਰੇ ਅਗੇ ਜਿਹੜੇ ਥੱਲੇ ਵੇਰਵੇ ਦਿੱਤੇ ਹੋਏ ਫਿਰ ਤੁਸੀਂ ਨਾਲ ਉਹ ਵੇਰਵੇ ਸਾਰੇ ਦਰਜ ਕਰਨੇ ਹਨ ਫਿਰ ਜਿਸ ਵਿਅਕਤੀ ਕੋਲ ਅਪੰਗਤਾ ਸਰਟੀਫਿਕੇਟ ਨਹੀਂ ਹੈ ਜ ਉਹਨਾਂ ਅਪੰਗਤਾ ਸਰਟੀਫਿਕੇਟ ਬਣਾਇਆ ਹੀ ਨਹੀਂ ਹੈ ਉਹ ਦੇਗਵਰਗ ਦੇ ਟਿਚਨ ਕਰਨਗੇ ਅਪਹਾਗਤਾ ਸਰਟੀਫਿਕੇਟ ਹੈ ਦੇ ਵਿੱਚ ਨਹੀਂ ਲਿਖਣਗੇ ਨਹੀਂ ਲਿਖਣ ਤੋਂ ਬਾਅਦ ਅੱਗੇ ਹੋਰ ਜਾਣਕਾਰੀ ਆਏਗੀ ਜਿੜੀ ਜਿੜੀ ਉਹਨਾਂ ਜਾਣਕਾਰੀ ਪੁੱਛੀ ਜਾਂਦੀ ਏ ਉਹ ਸਾਰੀਆਂ ਸਾਰੀਆਂ ਤੁਸੀਂ ਹੋਰ ਚ ਜਾਣਕਾਰੀਆਂ ਭਰਨੀਆਂ ਅਰਜੀ ਭਰਨ ਵਿੱਚ ਕੋਈ ਮੁਸ਼ਕਲ ਹੋਣ ਦੀ ਸਥਿਤੀ ਵਿੱਚ ਤੁਸੀਂ ਆਪਣਾ ਸੁਨੇਹਾ ਉਸ ਪੋਰਟਲ ਦੇ ਸੁਝਾਅ ਬਾਕਸ ਵਿੱਚ ਛੱਡ ਸਕਦੇ ਹੋ ਤੁਹਾਨੂੰ ਟੈਲੀਫੋਨਿਕ ਜਾਂ ਤੁਹਾਡੇ ਮੋਬਾਈਲ ਤੇ ਹੋਰ ਸਾਰਾ ਵੇਰਵਾ ਆ ਜਾਏਗਾ ਅਰਜੀ ਅਪਲੋਡ ਕਰਨ ਤੋਂ ਪਹਿਲਾਂ ਲੋਡਿੰਗ ਤੇ ਵੇਰਵੇ ਕੀ ਕੀ ਤੁਹਾਨੂੰ ਹੋਣੇ ਚਾਹੀਦੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਤਾ ਜਿਹੜਾ ਤੁਹਾਡੇ ਐਡਰੈਸ ਆ ਉਹ ਸਾਰੇ ਵੇਰਵੇ ਤੁਸੀਂ ਆਪਣੇ ਕੋਲ ਲੈ ਛੱਡੋ ਤੁਹਾਡੀ ਅਪੰਗਤਾ ਜਿਹੜੀ ਹੈ ਡਿਸੇਬਿਲਟੀ ਜਿਹੜੀ ਚੀਜ਼ ਦੀ ਹੈ ਔਰ ਇਹ ਵੇਰਵੇ ਤੁਹਾਡੇ ਕੋਲ ਹੋਣੇ ਚਾਹੀਦੇ ਆ ਪਛਾਣ ਪੱਤਰ ਤੁਹਾਡੇ ਕੋਲ ਹੋਣਾ ਚਾਹੀਦਾ ਔਰ ਤੋਂ ਵੇਖ ਕੇ ਸਾਰਾ ਕੁਝ ਭਰਨਾ ਜੇ ਕੋਈ ਤੁਸੀਂ ਰੋਜ਼ਗਾਰ ਕਰਦੇ ਹੋ ਤੇ ਚਾਹੇ ਆਪਣਾ ਰੋਜ਼ਗਾਰ ਹੈ ਚਾਹੇ ਤੁਸੀਂ ਕੋਈ ਡੌਂਕਰੀ ਕਰਦੇ ਹੋ ਔਰ ਆ ਸਾਰਾ ਵੇਰਵਾ ਤੁਹਾਡੇ ਕੋਲ ਹੋਣਾ ਚਾਹੀਦਾ ਜਦੋਂ ਤੁਸੀਂ swavalamban.gov.in ਤੇ ਕਲਿੱਕ ਕਰੋਗੇ ਉਰਤੇ ਤੁਹਾਡੇ ਸਪਲੀਅਰ ਕਲੈਰ ਕਟ ਇਸ ਤਰ੍ਹਾਂ ਦਾ ਸਕਰੀਨ ਤੇ ਨਜ਼ਰ ਆਏਗਾ ਯੂਨੀਵਰਸਿਟੀ ਡਿਸੇਬਿਲਟੀ ਆਈਡੀ ਉਰਤੇ ਧਿਆਨ ਨਾਲ ਵੇਖੋਗੇ ਹਰ ਚੀਜ਼ ਹੀ ਉੱਤੇ ਦਿੱਤੀ ਹੋਈ ਹੈ ਜਿਦਾ ਹੋਮ ਅਬਾਊਟ ਅਸ ਔਰ ਸਾਰਾ ਕੁਝ ਦੱਸਿਆ ਜਾਏਗਾ ਕਾਰਡ ਦੇ ਬੈਨੀਫਿਟ ਕੀ ਨੇ ਤੁਸੀਂ ਹੋਰ ਚ ਵੀ ਪੜ ਸਕਦੇ ਸਾਈਡ ਤੋਂ ਇਹਦੇ ਵਿੱਚ ਮੀਡੀਆ ਗੈਲਰੀ ਵੀ ਹੈ ਤਾਂ ਕਿ ਅਪੰਗਤਾ ਦੇ ਨਾਲ ਕੋਈ ਵੀ ਫੰਕਸ਼ਨ ਸਰਕਾਰ ਕਰਵਾਉਂਦੀ ਹੈ ਉਹਨਾਂ ਦੀ ਫੋਟੋਆਂ ਇਸ ਲਈ ਸੁਜੈਸ਼ਨ ਤੁਹਾਡੇ ਕੀ ਨੇ ਤੇ ਜੇ ਤੁਸੀਂ ਅਪਲਾਈ ਕਰ ਚੁੱਕੇ ਹੋ ਜੂਡੀ ਆਈਡੀ ਦਾ ਕਾਰਡ ਦਾ ਸਟੇਟਸ ਦੇਖਣਾ ਉੱਥੇ ਕਲਿੱਕ ਕਰੋਗੇ ਉੱਥੇ ਹੀ ਵੇਖ ਸਕਦੇ ਹੋ ਉੱਥਲੇ ਥੋੜਾ ਜਾਓਗੇ ਤੇ ਜਿਵੇਂ ਵੇਖਿਆ ਪਰਸਨ ਵਿਦ ਡਿਸੇਬਲਡ ਰਜਿਸਟ੍ਰੇਸ਼ਨ ਅੱਗੇ ਲਿਖਿਆ ਚੂਸ ਰੀਜਨਲ ਲੈਂਗੁਏਜ ਇਸ ਤੇ ਤੁਸੀਂ ਕਰਕੇ ਆਪਣੇ ਨਾਲ ਮਾਤਰ ਭਾਸ਼ਾ ਸਲੈਕਟ ਕਰ ਸਕਦੇ ਹੋ ਜਿਸ ਵਿੱਚ ਤੁਸੀਂ ਆਪਣੇ ਨਾਲ ਦਰਜ ਕਰਾਉਣਾ ਚਾਹੁੰਦੇ ਹੋ ਅੰਗਰੇਜ਼ੀ ਦੇ ਨਾਲ ਨਾਲ ਤੁਹਾਡੇ ਬਾਤਰ ਭਾਸ਼ਾ ਦੇ ਵਿੱਚ ਵੀ ਲਿਖਿਆ ਆਏਗਾ ਜੇ ਤੁਸੀਂ ਫਿਰ ਵੀ ਇਸ ਨੂੰ ਸਮਝਣਾ ਚਾਹੁੰਦੇ ਹੋ ਕਿ ਕੀ ਕੀ ਜਾਣਕਾਰੀ ਕਰਨੀ ਉਦੋਂ ਅੱਗੇ ਡਾਊਨਲੋਡ ਫਾਰਮ ਲਿਖਿਆ ਉਹ ਤੁਸੀਂ ਡਾਊਨਲੋਡ ਕਰਕੇ ਉਰ ਪ੍ਰਿੰਟ ਕਰਕੇ ਜਾਂ ਮੋਬਾਈਲ ਤੇ ਸੇਵ ਕਰਕੇ ਉੱਥੋਂ ਤੁਸੀਂ ਜਾਣਕਾਰੀ ਸਾਰੀ ਪਹਿਲੋ ਹੀ ਨੋਟ ਕਰ ਲਓ ਤਾਂ ਕਿ ਐਪਲੀਕੇਸ਼ਨ ਭਰਨ ਲੱਗੇ ਤੁਹਾਨੂੰ ਕਿਸ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ ਉੱਤੋਂ ਅੱਗੇ ਵੇਖੋ ਅੱਗੇ ਬਟਨ ਲਿਖਿਆ ਹੈ ਆਲਰੇਡੀ ਹੈਵਿੰਗ ਡਿਸੇਬਿਲਟੀ ਸਰਟੀਫਿਕੇਟ ਜੇ ਤੁਹਾਡੇ ਕੋਲ ਦਿਵਿਆਂਗਤਾ ਜਾਂ ਅਪੰਗਤਾ ਸਰਟੀਫਿਕੇਟ ਪਹਿਲੋ ਹੀ ਹੈ ਫਿਰ ਤੁਸੀਂ ਉੱਥੇ ਕਲਿੱਕ ਕਰਨਾ ਉਹ ਕੇਸ ਜਿੱਥੇ ਤੁਹਾਡਾ ਪਹਿਲੋ ਮਾਈ ਤੁਹਾਡਾ ਡਾਟਾ ਸਾਰਾ ਪਹਿਲੋ ਜੇ ਮਾਈਗ੍ਰੇਟ ਹੋ ਚੁੱਕਾ ਹੈ ਫਿਰ ਤੁਸੀਂ ਇਰ ਵਿੱਚ ਭਰਨਾ ਹੈ ਅਥਰੇ ਸਾਰੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਕੀ ਕੀ ਪਰੰਦੀ ਲੋੜ ਹੈ ਉਹ ਜਾਣਕਾਰੀ ਤੁਹਾਡੇ ਕੋਲ ਪਹਿਲੋ ਰਫ ਪੇਜ ਤੇ ਨੋਟ ਕਰ ਲੈਣੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਫਾਰਮ ਆਨਲਾਈਨ ਭਰਨ ਲਗਾਏ ਕੋਈ ਦਿੱਕਤ ਨਾ ਆਵੇ ਜਿਸ ਤਰ੍ਹਾਂ ਤੁਹਾਡਾ ਆਪਣਾ ਨਾਮ ਕਲਿੱਕ ਕਰਨ ਤੋਂ ਬਾਅਦ ਪਰਸਨਲ ਡਿਟੇਲ ਫਿਰ ਭਰਨੀ ਆ ਆਪਣਾ ਨਾਮ ਪਿਤਾ ਦਾ ਨਾਮ ਮਾਤਾ ਦਾ ਨਾਮ ਤੁਹਾਡੀ ਡੇਟ ਆਫ ਬਰਥ ਇਸ ਲਈ ਉਮਰ ਕਿੰਨੀ ਹੈ ਮੋਬਾਈਲ ਨੰਬਰ ਆਪਣਾ ਈਮੇਲ ਆਈਡੀ ਜੇ ਤੁਹਾਡਾ ਕੋਈ ਹੈਗਾ ਤੇ ਈਮੇਲ ਆਈਡੀ ਦੇਖੋ ਜੇ ਨਹੀਂ ਹੈਗਾ ਜਰੂਰ ਬਣਾ ਲਓ ਤਾਂ ਕਿ ਤੁਹਾਨੂੰ ਧਰ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਤੁਹਾਨੂੰ ਈਮੇਲ ਤੇ ਵੀ ਜਾਂਦੀ ਰਹੇਗੀ ਉਸ ਤਰ੍ਹਾਂ ਆਦਮੀ ਜਾਂ ਪੁਰਸ਼ ਉਹਨੂੰ ਕਲਿੱਕ ਕਰਨਾ ਹੈ ਜੇ ਕੋਈ ਤੁਹਾਡੇ ਕੋਈ ਨਿਸ਼ਾਨ ਆ ਮਾਰਕ ਦਾ ਔਰ ਦੇ ਆਇਡੈਂਟੀਫਾਈ ਕਰ ਛੱਡ ਉਸ ਤਰ੍ਹਾਂ ਤੁਹਾਡੀ ਜਾਤ ਜਿਹੜੀ ਹੈ ਕਿ ਜਰਨਲ ਉਹ OBC ਐਸਸੀ ਐਸਟੀ ਉਹਨੂੰ ਜ਼ਰੂਰ ਕਲਿੱਕ ਕਰਨਾ ਹੈ ਤੇ ਜੇ ਤੁਸੀਂ ਐਸਸੀ ਜਾਂ ਐਸਟੀ ਹੈ ਫਿਰ ਤੁਸੀਂ ਉਹਦਾ ਸਰਟੀਫਿਕੇਟ ਵੀ ਨਾਲ ਨੱਥੀ ਕਰਨਾ ਹੈ ਧਿਆਨ ਰੱਖਣਾ ਜੇ ਤੁਹਾਡੀ ਕੈਟਾਗਰੀ ਜਿੰਨਾ ਤਿੰਨਾਂ ਦੇ ਸਟਾਰ ਲੱਗੇ ਹੋਣ OBC ਆ ਐਸਸੀ ਜਾਂ ਐਸਟੀ ਉਹਦਾ ਸਰਟੀਫਿਕੇਟ ਨਾਲ ਜ਼ਰੂਰ ਨੱਥੀ ਕਰਨਾ ਔਰ ਇੱਕ ਕਾਪੀ ਸਕੈਨ ਕਰਕੇ ਰੱਖ ਲੈ ਫਿਰ ਬਲੱਡ ਗਰੁੱਪ ਦੇ ਵਿੱਚ ਬਹੁਤ ਲੋੜਿੰਦਾ ਹੁੰਦਾ ਇਸ ਫਾਰਮ ਇਸ ਕਰਕੇ ਆ ਫਾਰਮ ਭਰਨ ਜੁਡੀ ਆਡੀਕ ਫਾਰਮ ਭਰਦੋਂ ਪਹਿਲੋ ਆਪਣਾ ਬਲੱਡ ਗਰੁੱਪ ਜ਼ਰੂਰ ਟੈਸਟ ਕਰਵਾ ਲਓ ਤਾਂ ਕਿ ਤੁਹਾਨੂੰ ਪਤਾ ਹੋਵੇ ਤੁਹਾਡਾ ਬਲੱਡ ਗਰੁੱਪ A ਪੋਜ਼ਿਟਿਵ B ਨੈਗੇਟਿਵ ਜਾਂ ਕੁਝ ਵੀ ਹੈ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਤਾਂ ਕਿ ਤੁਸੀਂ ਇਹ ਤੇ ਕਲਿੱਕ ਕਰ ਸਕੋ ਉਸ ਤਰ੍ਹਾਂ ਤੁਹਾਡਾ ਵਿਆਹਕਤਾ ਸਟੇਟਸ ਕੀ ਹੈ ਤੁਸੀਂ ਵਿਆਹੇ ਹੋ ਜਾਂ ਅਨਮੈਰਿਡ ਹੋ ਵਿਧਵਾ ਹੋ ਜਾਂ ਡਿਵੋਰਸਡ ਹੈ ਜਾਂ ਕੋਈ ਵੀ ਚੀਜ਼ ਹੋਈ ਉਹ ਲਿਖ ਸਕਦੇ ਹੋ ਜੇ ਤੁਸੀਂ ਵਿਆਹੇ ਹੋ ਫਿਰ ਅਗਲੇ ਕਾਲਮ 'ਚ ਤੁਸੀਂ ਉਹ ਆਪਣੀ ਪਤਨੀ ਜਾਂ ਪਤੀ ਦਾ ਨਾਮ ਵੀ ਲਿਖਣਾ ਅਣਕੈਸ ਜੇ ਤੁਹਾਡੇ ਕੋਈ ਗਾਰਡੀਅਨ ਨੇ ਜੇ ਤੁਸੀਂ ਮਾਈਨਰ ਹੋ ਤੁਹਾਡਾ ਕੋਈ ਗਾਰਡੀਅਨ ਜਾਂ ਜਿਹੜਾ ਤੁਸੀਂ ਆਪਣੀ ਖ਼ਾਮ ਸਭਾਲ ਨਹੀਂ ਕਰ ਸਕਦਾ ਤੁਹਾਡੀ ਖ਼ਾਮ ਸਭਾਲ ਕੋਈ ਹੋਰ ਕਰ ਰਿਹਾ ਤੇ ਉਹਦਾ ਵੇਰਵਾ ਵੀ ਇੱਥੇ ਦਰਜ ਕਰਨਾ ਹੈ ਉਸਦਾ ਨਾਮ ਉਹਦਾ ਕੰਟੈਕਟ ਨੰਬਰ ਉਦੋਂ ਬਾਅਦ ਤੁਸੀਂ ਉਹਦਾ ਰਿਲੇਸ਼ਨ ਸਿਲੈਕਟ ਕਰਨਾ ਕਿ ਜਿਹੜਾ ਤੁਸੀਂ ਗਾਰਡੀਅਨ ਲਿਖਿਆ ਵਾ ਉਹ ਤੁਹਾਡਾ ਪਿਤਾ ਹੈ ਮਾਤਾ ਹੈ ਪਤਨੀ ਹੈ ਜਾਂ ਘਰ ਵਾਲਾ ਹੈ ਜਾਂ ਤੁਹਾਡੇ ਕੋਈ ਅੰਕ ਚਾਚਾ ਚਾਚੀ ਤਾਇਆ ਕੋਈ ਵੀ ਹੈ ਉਹ ਤੁਸੀਂ ਇੱਥੇ ਮੈਂਸ਼ਨ ਕਰਨਾ ਹੈ ਇਸ ਤਰ੍ਹਾਂ ਜੇ ਤੁਸੀਂ ਵਿੱਦਿਆ ਕੋਈ ਹਾਸਲ ਕੀਤੀ ਹੈ ਫਿਰ ਉਹ ਜੇ ਪੰਜਵੀਂ ਤੱਕ ਪੜ੍ਹਿਆ ਹੋ ਪ੍ਰਾਇਮਰੀ ਜੇ ਤੂੰ 8ਵੀਂ ਤੱਕ ਪੜ੍ਹਿਆ ਹੋ ਮਿਡਲ ਜੇ ਸਕੈਂਡਰੀ ਕੀਤੀ ਐ 10ਵੀਂ ਤੱਕ ਜੇ ਹਾਇਰ ਸਕੈਂਡਰੀ ਕੀਤੀ ਬਲਾਸ 2 ਜਾਂ ਡਿਪਲੋਮਾ ਜਾਂ ਕੁਛ ਹੋ ਉਹਨੂੰ ਤੁਸੀਂ ਟੈਕ ਕਰਨਾ ਜੇ ਇਹਨਾਂ ਚ ਸਾਰੀ ਚੀਜ਼ਾਂ ਕੀਤੀਆਂ ਐ ਫਿਰ ਸਾਰਾ ਟੈਕ ਕਰੋਗੇ ਤੁਸੀਂ ਉਸ ਤਰ੍ਹਾਂ ਫਿਰ ਤੁਸੀਂ ਆਪਣੇ ਐਡਰੈਸ ਆਪਣੇ ਪਤੇ ਦਾ ਵੇਰਵਾ ਲਿਖਣਾ ਆ ਸਭ ਤੋਂ ਪਹਿਲਾਂ ਪਤਾ ਜਿਹੜਾ ਪੱਤਰ ਵਿਹਾਰ ਲਈ ਐ ਉਹ ਆ ਜਿੱਥੇ ਤੁਹਾਡੀ ਕੋਈ ਚਿੱਠੀ ਪੱਤਰ ਕੋ ਡਿਪਾਰਟਮੈਂਟ ਨੇ ਕਰਨੀ ਹੋਵੇ ਉਹ ਤੁਹਾਡਾ ਐਡਰੈਸ ਲਿਖਾਇਦਾ ਇਸ ਤੋਂ ਲਾਵਾ ਤੁਹੇ ਐਡਰੈਸ ਪ੍ਰੂਫ ਵਾਸਤੇ ਕੀ ਡਾਕੂਮੈਂਟ ਲਗਾ ਰਹੇ ਹੋ ਜਿਹੜਾ ਤੁਸੀਂ ਡਾਕੂਮੈਂਟ ਲਗਾਉਣਾ ਉਹਨੂੰ ਕਲਿੱਕ ਕਰਨਾ ਤੇ ਉਸੇ ਦਾ ਹੀ ਵੇਰਵਾ ਪਰਨਾ ਹੈ ਕਿ ਡਰਾਈਵਿੰਗ ਲਾਇਸੈਂਸ ਲਗਾ ਰਹੇ ਹੋ ਰਾਸ਼ਨ ਕਾਰਡ ਲਗਾ ਰਹੇ ਹੋ ਵੋਟਰ ਕਾਰਡ ਲਗਾ ਰਹੇ ਹੋ ਜਾਂ ਕੋਈ ਡੋਮਿਸਾਈਲ ਸਰਟੀਫਿਕੇਟ ਕੁਝ ਵੀ ਉਹਦਾ ਵੇਰਵਾ ਪਰਨਾ ਹੈ ਫਿਰ ਪਰਮਾਨੈਂਟ ਐਡਰੈਸ ਦੇ ਤਹਾ ਪੱਕਾ ਜਿੱਥੇ ਤੁਹਾਡੀ ਰਹਾਇਸ਼ ਹੈ ਇਹ ਪੱਤਰ ਵਿਹਾਰ ਤੇ ਪੱਕਾ ਪਤਾ ਇੱਕੋ ਵੀ ਹੋ ਸਕਦੇ ਨੇ ਅਲੱਗ-ਅਲੱਗ ਵੀ ਹੋ ਸਕਦੇ ਨੇ ਹੋ ਸਕਦਾ ਤੁਸੀਂ ਤੁਹਾਡਾ ਪੱਕਾ ਪਤਾ ਕੋਈ ਹੋਰ ਹੋਵੇ ਤੁਸੀਂ ਐਸਲ ਡੌਂਕਰੀ ਕਿਤੇ ਹੋਰ ਕਾਰ ਦੇ ਟੈਂਪਰੇਰੀ ਰਹਿਤੋ ਦੋਨੋਂ ਚੀਜ਼ਾਂ ਨੂੰ ਵੱਖ-ਵੱਖਰੀ ਵੀ ਲਿਖ ਸਕਦੇ ਹੋ ਤੇ ਜੇ ਸੇਮ ਹੈ ਫਿਰ ਦੋਨਾਂ ਨੂੰ ਸੇਮ ਭਰਿਆ ਜਾ ਸਕਦਾ ਹੈ ਫਿਰ ਡਿਸੇਬਿਲਟੀ ਸਰਟੀਫਿਕੇਟ ਜਦੋਂ ਡਿਟੇਲ ਭਰਨੀ ਆ ਇੱਥੇ ਸਾਹਮਣੇ ਕਾਲਮ ਆ ਰਿਹਾ ਹੈ ਹੈਵਿੰਗ ਡਿਸੇਬਿਲਟੀ ਸਰਟੀਫਿਕੇਟ ਜੇ ਤੁਹਾਡੇ ਕੋਲ ਸਰਟੀਫਿਕੇਟ ਆ ਪੰਕਤਾ ਦਾ ਪੱਲ ਬਣਿਆ ਫਿਰ ਜੈਸ ਲਿਖਣਾ ਜੇ ਜੈਸ ਤੇ ਕਲਿੱਕ ਕਰੋਗੇ ਫਿਰ ਜਰ ਥਲੜਾ ਸਾਰਾ ਵੇਰਵਾ ਫਿਰ ਤੁਹੀਂ ਭਰਨਾ ਨਹੀਂ ਤੇ ਜੇ ਨੋ ਕਰੋਗੇ ਤੁਸੀਂ ਪਹਿਲੀ ਵਾਰ ਭਰ ਰਹੇ ਹੋ ਫਰੈਸ਼ ਐਪਲੀਕੇਸ਼ਨ ਤੇ ਫਿਰ ਨੋ ਭਰਨਾ ਫਿਰ ਤੁਹਾਨੂੰ ਆ ਜਿਹੜੇ ਬਾਕੀ ਥਲੜੇ ਵੇਰਵੇ ਦਿੱਤੇ ਫਿਰ ਉਹ ਭਰਨ ਦੀ ਲੋੜ ਨਹੀਂ ਪੈਗੀ ਉਹ ਫਿਰ ਅੱਗੇ ਜੇ ਤੁਸੀਂ ਸਰਟੀਫਿਕੇਟ ਬਣਾਉਣ ਜਾਓਗੇ ਉਹ ਉਹਨਾਂ ਨੇ ਆਪੇ ਹੀ ਇਹ ਚੀਜ਼ਾਂ ਸਾਰੀਆਂ ਤੁਹਾਡੀ ਜਾਣਕਾਰੀ ਦਰਜ ਕਰ ਦੇਣੀਆਂ ਜੇ ਤੁਹਾਡਾ ਪਹਿਲਾਂ ਡਿਸੇਬਿਲਟੀ ਸਰਟੀਫਿਕੇਟ ਬਣਿਆ ਹੋਇਆ ਫਿਰ ਔਰ ਤੋਂ ਵੇਖ-ਵੇਖ ਕੇ ਤੁਸੀਂ ਇਹ ਸਾਰੀਆਂ ਚੀਜ਼ਾਂ ਭਰਨੀਆਂ ਦਾ ਸਰਟੀਫਿਕੇਟ ਕਿੰਨੇ ਇਸ਼ੂ ਕੀਤਾ ਤੁਹਾਡੀ ਡਿਸੇਬਿਲਟੀ ਕੀ ਹੈ ਬਾਈ ਬਰਥ ਸੀ ਜਾਂ ਕੀ ਸੀ ਪੈਨਸ਼ਨ ਕਾਰਡ ਜੇ ਪੈਨਸ਼ਨ ਲੱਗੀ ਹੋਈ ਤੇ ਪੈਨਸ਼ਨ ਕਾਰਡ ਨੰਬਰ ਭਰਨਾ ਤੁਸੀਂ ਕਿਸ ਸਕੀਮ 'ਚ ਲੱਗੀ ਹੋਈ ਹੈ ਠੀਕ ਉਸੇ ਤਰ੍ਹਾਂ ਫਿਰ ਡਿਸੇਬਿਲਟੀ ਏਰੀਆ ਕੀ ਆਪ ਫਿਰ ਭਰਨਾ ਜੇ ਆਲਰੇਡੀ ਤੁਹਾਡਾ ਸਰਟੀਫਿਕੇਟ ਬਣ ਫਿਰ ਉਹ ਤੋਂ ਬਾਅਦ ਅਖੀਰ ਚ ਰੋਜ਼ਗਾਰ ਦੇ ਵੇਰਵੇ ਭਰਨੇ ਤੁਸੀਂ ਨੌਕਰੀ ਕਰਦੇ ਹੋ ਜਾਂ ਨਹੀਂ ਜੇ ਨਹੀਂ ਕਰਦੇ ਹੋ ਫਿਰ ਉਹਨੂੰ ਕਲਿੱਕ ਕਰ ਦੇਣਾ ਜੇ ਫਿਰ ਤੁਸੀਂ ਹਰ ਚ ਲਿਖਣਾ ਕਿ ਕਿਦੋਂ ਤੋਂ ਤੁਸੀਂ ਬੇਰੋਜ਼ਗਾਰ ਹੋ ਮਤਲਬ ਕਿ ਬਾਲਗ ਹੋਣ ਤੋਂ 18 ਸਾਲ ਦੀ ਉਮਰ ਤੋਂ ਬਾਅਦ ਹੋਣ ਤੱਕ ਜਿਹੜੀ ਤੁਹਾਡੀ ਉਮਰ ਹੋਈ ਹੈ ਉਹ ਸਾਰੇ ਸਾਲ ਤੁਸੀਂ ਅਨਐਮਪਲੋਇਡ ਲਿਖਣਾ ਹੈ ਉਸ ਤਰੀਕ ਤੋਂ ਕੋਈ ਕੋਈ ਵੀ ਨੌਕਰੀ ਉਸ ਐਲੀਜੀਬਲ ਜਿਹੜਾ 18 ਸਾਲ ਤੋਂ ਬਾਅਦ ਹੁੰਦਾ 18 ਸਾਲ ਤੋਂ ਬਾਅਦ ਕਿੰਨੇ ਸਾਲ ਤੁਸੀਂ ਬੇਰੋਜ਼ਗਾਰ ਹੋ ਉਹ ਇੱਥੇ ਸਾਲ ਲਿਖਨੇ ਆ ਜਾਂ ਸਾਲ ਲਿਖ ਸਕਦੇ ਜੇ ਤੁਹਾਡੇ 18 ਸਾਲ ਹੋ ਗਏ ਉਸ ਤੋਂ ਬਾਅਦ ਉਹ ਸਾਲ ਲਿਖ ਦੇਣੀ ਆ ਤੁਹਾਡੀ ਓਕੂਪੇਸ਼ਨ ਜੇ ਤੁਸੀਂ ਜੇ ਕੰਮ ਕਰਦੇ ਹੋ ਜੈਸ ਲਿਖ ਦਿਓ ਫਿਰ ਤੁਹਾਡੇ ਵੇਰਵਾ ਭਰਨਾ ਔਰ ਤੁਹਾਡਾ ਮੰਥਲੀ ਸਾਲ ਦੇ ਸਾਲਾਨਾ ਇਨਕਮ ਕਿੰਨੀ ਹੈ ਉਹ ਫਿਰ ਸਾਰੇ ਕਾਲਮ ਦਿੱਤੇ ਹੋਏ ਤੁਸੀਂ ਉਹਨੂੰ ਕਲਿੱਕ ਕਰੋਗੇ ਜਿੰਨੀ ਤੁਹਾਡੀ ਆਮਦਨ ਹੈ ਫਿਰ ਆਪਣੇ ਆਈਡੈਂਟੀਟੀ ਵਾਸਤੇ ਤੁਸੀਂ ਕੀ ਪ੍ਰੂਫ ਲਗਾ ਰਹੇ ਹੋ ਔਰ ਜਿਹਦੀ ਫੋਟੋਕਾਪੀ ਕੀਤੀ ਹੈ ਉਹਨੂੰ ਹੀ ਇੱਥੇ ਕਲਿੱਕ ਕਰਨਾ ਹੈ ਧਿਆਨ ਰੱਖਣਾ ਜਿਹੜੀ ਕਾਪੀ ਤੁਸੀਂ ਲਗਾਉਣੀ ਆ ਉਸੇ ਨੂੰ ਹੀ ਕਲਿੱਕ ਕਰਨਾ ਹੈ ਉਦੋਂ ਬਾਅਦ ਤੁਸੀਂ ਆਪਣਾ ਸਾਈਨ ਜਰੇ ਆ ਉਹ ਕਰਨਾ ਹੈ ਇਸ ਫਾਰਮ ਆ ਮੈਨੂਅਲ ਨਹੀਂ ਹੈਗਾ ਜਿਹੜਾ ਸਾਈਨ ਆ ਉਹ ਕਿੱਦਾਂ ਤੁਸੀਂ ਕਰਨੇ ਇੱਕ ਪੇਜ ਤੇ ਸਕੈਨ ਕਰਕੇ ਰੱਖ ਲੈਣੇ ਉਹਨੂੰ ਸਕੈਨ ਕਰਕੇ ਅਪਲੋਡ ਕਰਨਾ ਹੈ ਇਸ ਫਾਰਮ ਦੇ ਤੁਹਾਡੇ ਸਾਈਨ ਸਿੱਧੇ ਨਹੀਂ ਹੋਣੇ ਧਿਆਨ ਰੱਖਿਓ ਕਿਸੇ ਵੀ ਚਿੱਟੇ ਪੇਜ ਤੇ ਤੁਸੀਂ ਆਪਣੇ ਸਾਈਨ ਕਰਕੇ ਜੇ ਸਾਈਨ ਤੁਸੀਂ ਨਹੀਂ ਕਰ ਸਕਦੇ ਅੰਗੂਠਾ ਲਗਾ ਕੇ ਉਹਦੀ ਫੋਟੋ ਖਿੱਚ ਕੇ ਜਾਂ ਸਕੈਨ ਕਰਕੇ ਉਹਨੂੰ ਅਪਲੋਡ ਕਰਨਾ ਜਿੱਦੋਂ ਤੁਹਾਡੀ ਆਪਸ਼ਨ ਆਏਗੀ ਉੱਥੇ ਆ ਜਾਏਗਾ ਸਾਰਾ ਵੇਰਵਾ ਤੁਹਾਡੇ ਕੋਲ ਕੀ ਕੀ ਜਾਣਕਾਰੀ ਹੋਣੀ ਚਾਹੀਦੀ ਏ ਹੁਣ ਆਨਲਾਈਨ ਅਰਜੀ ਦੇਂਦੇ ਨਾਲ ਕੀ ਕੀ ਸਰਟੀਫਿਕੇਟ ਜਾਂ ਕੀ ਕੀ ਦਸਤਾਵੇਜ਼ ਲੋੜਿੰਦੇ ਹਨ ਉਸ ਬਾਰੇ ਧਿਆਨ ਨਾਲ ਸੁਣ ਲਓ ਤੇ ਉਹ ਸਾਰੇ ਦਸਤਾਵੇਜ਼ ਪਹਿਲਾਂ ਹੀ ਇਕੱਠੇ ਕਰਕੇ ਰੱਖੋ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਸਤਿਬਲੋ ਤੁਹਾਡੀ ਫੋਟੋ ਜਿਹੜੀ ਹੋਣੀ ਹੈ ਸਕੈਨ ਕਰਕੇ ਰੱਖੋ ਆਪਣੇ ਦਸਤਾਵੇਜ਼ ਜਿਹੜੇ ਉਹਨੇ ਤੁਹਾਨੂੰ ਗੱਲ ਕੀਤਾ ਹੈ ਦਸਤਾਵੇਜ਼ ਦਸਤਖਤ ਜਿਹੜੇ ਤੁਹਾਡੇ ਉਹਨੂੰ ਸਕੈਨ ਕਰੋ ਜੇ ਦਸਤਖਤ ਨਹੀਂ ਕਰ ਪਾਉਂਦੇ ਤੁਸੀਂ ਬੜੇ ਨਹੀਂ ਫਿਰ ਆਪਣਾ ਅੰਗੂਠਾ ਸਕੈਨ ਕਰਕੇ ਫਿਰ ਫਿਰ ਤੁਸੀਂ ਲਾਓ ਉਹਨੂੰ ਫਿਰ ਉਸ ਲਈ ਐਡਰੈਸ ਪ੍ਰੂਫ ਜਿਹੜਾ ਤੁਸੀਂ ਲਗਾਉਣਾ ਜਿੰਨੂੰ ਕਲਿੱਕ ਕੀਤਾ ਧਿਆਨ ਰੱਖਣਾ ਵਾਰ-ਵਾਰ ਤੁਹਾਨੂੰ ਮੈਂ ਨੋਟ ਕਰਵਾ ਰਿਹਾ ਜਿਸ ਆਪਸ਼ਨ ਤੁਸੀਂ ਕਲਿੱਕ ਕਰਨਾ ਹੈ ਉਹੀ ਪ੍ਰੂਫ ਤੁਸੀਂ ਫੋਟੋਕਾਪੀ ਕਰਨੀ ਹੈ ਉਹ ਰਾ ਹੀ ਕਾਪੀ ਸਕੈਨ ਕਰਕੇ ਰੱਖਣੀ ਹੈ ਉਸ ਤਰ੍ਹਾਂ ਤੁਹਾਡੇ ਪਛਾਣ ਵਾਸਤੇ ਆਇਡੈਂਟੀਟੀ ਪ੍ਰੂਫ ਤੇ ਐਡਰੈਸ ਪ੍ਰੂਫ ਦੋਵੇਂ ਇੱਕੋ ਹੀ ਹੋ ਸਕਦੇ ਨੇ ਪਰ ਤੁਹਾਨੂੰ ਦੋਵੇਂ ਵਾਰ ਵੱਖ-ਵੱਖਰੀ ਵਾਰ ਉਹਨੂੰ ਸਕੈਨ ਕਰਨਾ ਪਵੇਗਾ ਫਿਰ ਜੇ ਤੁਸੀਂ ਅਪੰਗਤਾ ਸਰਟੀਫਿਕੇਟ ਦੇ ਹਾਂ ਕੀਤਾ ਹੈ ਫਿਰ ਉੱਥੇ ਹਾਂ ਦੀ ਕਲਿੱਪ ਚ ਜਾਂਦੇ ਫਿਰ ਤੁਸੀਂ ਆਪਣਾ ਅਪੰਗਤਾ ਸਰਟੀਫਿਕੇਟ ਜ਼ਰੂਰ ਅਪਲੋਡ ਕਰਨਾ ਔਰ ਇੱਕ ਫੋਟੋਕਾਪੀ ਸਕੈਨ ਕਰਕੇ ਰੱਖਿਆ। ਇਸ ਕਾਰਡ ਦੇ ਕੀ ਕੀ ਲਾਭ ਹਨ? ਕਾਰਡ ਤੁਸੀਂ ਅਪਲਾਈ ਕਰਤਾ ਜਦੋਂ ਤੁਹਾਡਾ ਕਾਰਡ ਬਣ ਕੇ ਆਏਗਾ ਔਰ ਲਾਭ ਕੀ ਹਨ? ਕੋਈ ਵੀ ਦਿਵੰਗ ਵਿਅਕਤੀ ਨੂੰ ਆਪਣਾ ਜਦੋਂ ਆਧਾਰ ਕਾਰਡ ਪਹਿਲਾਂ ਅਪੰਗਤਾ ਸਰਟੀਫਿਕੇਟ ਬਣਾਉਂਦੇ ਸੀ ਔਰੇ ਤਿੰਨ ਜਾਂ ਚਾਰ ਫਾਰਮ ਮਿਲਦੇ ਸੀ ਵੱਖ-ਵੱਖਰੇ ਕਰਕੇ ਰੱਖਣੇ ਪੈਂਦੇ ਸੀ ਪਰ ਹੁਣ ਆ ਕਾਰਡ ਬਣਾਉਣ ਤੋਂ ਬਾਅਦ ਦਾ ਸੌਖਾ ਹੋ ਗਿਆ ਤੁਹਾਨੂੰ। ਤਿੰਨ ਤਿੰਨ ਚਾਰ ਚਾਰ ਕਾਗਜ਼ ਚੁੱਕ ਕੇ ਖੜਨ ਦੀ ਲੋੜ ਨਹੀਂ ਹੈ ਸਿਰਫ ਤੁਹਾਡਾ ਜਿਹੜਾ ਇੱਕ ਕਾਰਡ ਡਰਾਈਵਿੰਗ ਲਾਇਸੈਂਸ ਵਰਗਾ ਬਣ ਕੇ ਆਏਗਾ ਜਿਹਨੂੰ ਤੁਸੀਂ ਜੇਬ ਚ ਪਾ ਕੇ ਸਾਰਿਆਂ ਨਾਲ ਕਿਤੇ ਵੀ ਕੈਰੀ ਕਰ ਸਕਦੇ ਹੋ ਉਹਦੇ ਨਾਲ ਹੀ ਤੁਹਾਡੇ ਇਹਦੇ ਚ ਸਾਰੀ ਜਾਣਕਾਰੀ ਡੀ ਕੋਡ ਵੀ ਕੀਤੀ ਹੁੰਦੀ ਹੈ ਤਾਂ ਕਿ ਤੁਸੀਂ ਉਹ ਡੀ ਕੋਡ ਕੀਤੇ ਤੋਂ ਸਕੈਨ ਕਰਕੇ ਉਹ ਸਾਰਾ ਤੁਹਾਡੀ ਇਨਫੋਰਮੇਸ਼ਨ ਉੱਤੋਂ ਲੈ ਸਕਦਾ ਹੈ ਅੱਗੇ ਭਵਿੱਖ ਵਿੱਚ ਸਰਕਾਰ ਦੇ ਜਿਹੜੀ ਹੁਣ ਨਵੀਆਂ ਸਕੀਮਾਂ ਆ ਰਹੀਆਂ ਨੇ ਉਹ ਸਾਰਿਆਂ ਨੂੰ ਜੁਡੀ ਆਈਡੀ ਕਾਰਡ ਦੇ ਨਾਲ ਹੀ ਅਟੈਚ ਕੀਤਾ ਜਾ ਰਿਹਾ ਹੈ ਇੱਕ ਇੱਕ ਮਹੱਤਵਪੂਰਨ ਜਿਸ ਤਰ੍ਹਾਂ ਆਧਾਰ ਕਾਰਡ ਆਮ ਆਮ ਬੰਦਿਆਂ ਵਾਸਤੇ ਇੱਕ ਮਹੱਤਵਪੂਰਨ ਦਸਤਾਵੇਜ਼ ਜੀ ਉਸੇ ਤਰ੍ਹਾਂ ਹੈ ਜੁਡੀ ਆਈਡੀ ਕਾਰਡ ਵੀ ਦਿਵਿਆਂਗ ਵਿਅਕਤੀ ਲਈ ਇੱਕ ਬਹੁਤ ਹੀ ਮਹੱਤਵਪੂਰਨ ਦਸਤਾਵੇਜ਼ ਬਣਨ ਜਾ ਰਿਹਾ ਹੈ ਜਿਹੜੀਆਂ ਸਕੀਮਾਂ ਆਪਾਂ ਲੈਣੀਆਂ ਉਹ ਸਾਰੀਆਂ ਸਾਰੀਆਂ ਇਸ ਨਾਲ ਜੁੜੀਆਂ ਜਾ ਰਹੀਆਂ ਹਨ ਜੁਡੀ ਆਈਡੀ ਕਾਰਡ ਲਾਗੂ ਕਰਨ ਦੇ ਸਾਰੇ ਪੱਦਰ ਮਤਲਬ ਕਿ ਜਿਹੜੇ ਗ੍ਰਾਮੀਣ ਪੱਦਰ ਤੇ ਬਲਾਕ ਪੱਦਰ ਤੇ ਜ਼ਿਲ੍ਹਾ ਪੱਦਰ ਰਾਜ ਪੱਦਰੀ ਦੇ ਰਾਸ਼ਟ ਪੱਦਰੀ ਕੋਈ ਵੀ ਸਕੀਮ ਦਾ ਤੁਹਾਨੂੰ ਬੇਨਫਿਟ ਮਿਲਣਾ ਹੈ ਲਾਭ ਪਾਉਣਾ ਕਿਸੇ ਵੀ ਇਸ ਪੱਦਰ ਤੇ ਇਹ ਪਿੰਡ ਪੱਧਰ ਤੇ ਉਹ ਤੋਂ ਤੁਹਾਨੂੰ ਜੁਡੀ ਆਈ ਡੀ ਕਾਰਡ ਨਾਲ ਟਰੈਕਿੰਗ ਕੀਤੀ ਜਾ ਸਕਦੀ ਹੈ ਤੁਹਾਡੇ ਬਾਰੇ ਸਾਰਾ ਪਤਾ ਲੱਗ ਸਕਦਾ ਜੋ ਡਾਟਾਬੇਸ ਸਰਕਾਰ ਕੋਲ ਆ ਗਿਆ ਤੁਹਾਨੂੰ ਘਰ ਬੈਠੇ ਹੀ ਸਹੂਲਤਾਂ ਮਿਲਣੇ ਸ਼ੁਰੂ ਹੋ ਜਾਣਗੀਆਂ ਇਸ ਕਾਰਡ ਦਾ ਸਭ ਤੋਂ ਵੱਡਾ ਬੈਨੀਫਿਟ ਜੋ ਹੈ ਇਹ ਤੁਸੀਂ ਇਹ ਕਾਰਡ ਹਰ ਹਾਲਤ ਜ਼ਰੂਰ ਬਣਾਓ ਜਿਨ੍ਹਾਂ ਨੇ ਅਪੰਗਤਾ ਸਰਟੀਫਿਕੇਟ ਬਣਾਇਆ ਹੈ ਪਰ ਜੁਡੀ ਆਈ ਡੀ ਕਾਰਡ ਨਹੀਂ ਬਣਾਇਆ ਉਹ ਇਸ ਕਾਰਡ ਨੂੰ ਅਪਲਾਈ ਕਰੋ swablamban.gov.in ਦੀ ਸਾਈਟ ਦੇ ਕਲਿੱਕ ਕਰਨ ਤੋਂ ਬਾਅਦ ਜੇ ਤੁਸੀਂ ਖੁਦ ਨਹੀਂ ਕਰ ਸਕਦੇ ਕਿਸੇ ਵੀ ਕੈਫੇ ਜਾਂ ਆਪਣੇ ਘਰ ਦੇ ਨੇੜਲੇ ਜਿਹੜੇ ਸਾਂਝ ਕੇਂਦਰਾਂ ਸਹੂਦਤਾਂ ਕੇਂਦਰਾਂ ਉੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਧੰਨਵਾਦ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨੋਟੀਫਿਕੇਸ਼ਨ ਜਰੂਰ ਬਟਨ ਦਬਾਓ ਤਾਂ ਕਿ ਤੁਹਾਨੂੰ ਤੁਹਾਡੇ ਦਿਵਿਆਂਗ ਵਿਅਕਤੀਆਂ ਦੇ ਨਾਲ ਮਿਲਣ ਵਾਲੀ ਸਕੀਮਾਂ ਦੇ ਫਾਇਦੇ ਮੈਂ ਸਮੇਂ-ਸਮੇਂ ਤੇ ਤੁਹਾਨੂੰ ਜਾਣੂ ਕਰਵਾ ਸਕਾਂ